ਲੋ ਜੀ ਸ਼ੌਕਰ ਸਾਹਿਬ, ਅੱਜ ਤੁਹਾਨੂੰ ਮੈਂ ਇੱਕ ਐਸਾ ਵਾਕਿਆ ਸੁਣਾਉਣ ਲੱਗਾ ਕਿ ਤੁਹਾਡੀ ਤਬੀਅਤ ਬਾਗ ਬਾਗ ਹੋ ਜਾਏਗੀ, ਤੁਹਾਡੀ ਤਬੀਅਤ ਅਸ਼ ਅਸ਼ ਕਰ ਉੱਠੇਗੀ ਔਰ ਤੁਹਾਡੇ ਮਿਜ਼ਾਜ ਦੇ ਬਿਲਕੁਲ ਐਨ ਮੁਤਾਬਕ ਹੈ। ਉਹ ਵਾਕਿਆ ਬੜਾ ਜ਼ਬਰਦਸਤ ਹੈ, ਦੌੜਾਂ ਹੋ ਰਹੀਆਂ ਨੇ, ਬੜਾ ਵੱਡਾ ਈਵੈਂਟ ਹੈ ਔਰ ਤੁਹਾਡੇ ਇਲਮ ਚ ਹੋਏਗਾ ਕਿ ਕੀਨੀਆ ਇੱਕ ਐਸਾ ਮੁਲਕ ਹੈ ਜਿਹੜਾ ਗਰੀਬ ਵੀ ਹੈ, ਜਿੱਥੋਂ ਦੇ ਲੋਕ ਇੰਨੇ ਤਾਕਤਵਰ ਵੀ ਨਹੀਂ ਹੈਗੇ, ਬਹੁਤ ਮਾੜੇ ਹਾਲਾਤ ਨੇ ਉਹਨਾਂ ਦੇ। ਉੱਥੋਂ ਦਾ ਇੱਕ ਐਥਲੀਟ ਉਸ ਦੌੜ 'ਚ ਹਿੱਸਾ ਲੈ ਰਿਹਾ, ਉਸ ਐਥਲੀਟ ਦਾ ਨਾਂ ਹੈ ਐਬਲ ਮਤਾਈ। ਠੀਕ ਹੈ ਜਨਾਬ, ਅਬੀਲ ਮਤਾਈ। ਅੱਛਾ, ਤੁਹਾਨੂੰ ਪਤਾ ਹੈ ਇਸ ਗੱਲ ਦਾ? ਮੈਂ ਉਹ ਖਬਰ ਪੜ੍ਹੀ ਸੀ। ਓ ਲੋ ਜੀ, ਉਸ ਐਥਲੀਟ ਦਾ ਨਾਂ ਹੈ ਅਬੀਲ ਮਤਾਈ। ਤੁਹਾਨੂੰ ਤੇ ਫਿਰ ਤਫਸੀਲ ਦੱਸਣ ਦੀ ਲੋੜ ਨਹੀਂ, ਡਾਇਰੈਕਟ ਆਪਣੇ ਸੱਜਣਾਂ ਤੇ ਮਿੱਤਰਾਂ ਨੂੰ ਦੱਸਣਾ। ਲੋ ਜੀ ਦੋਸਤੋ, ਤੁਸੀਂ ਦੇਖ ਰਹੇ ਹੋ ਰੀਵ ਡਿਜੀਟਲ, ਮੈਂ ਖਾਜਾ ਆਫਤਾਬ ਹਸਨ ਤੇ ਮੇਰੇ ਨਾਲ ਸ਼ੌਕਤ ਸ਼ਰੀਫ ਸਾਹਿਬ। ਜਿਹੜੇ ਵਾਕਿਆ ਦੀ ਮੈਂ ਜ਼ਿਕਰ ਕਰ ਰਿਹਾ ਸੀ, ਜਿਹਦਾ ਨਾਮ ਮੇਰੇ ਕੋਲੋਂ ਥੋੜੀ ਗਲਤੀ ਹੋ ਗਈ, ਅਬੀਲ ਮਤਾਈ ਸੀ, ਐਥਲੀਟ ਸੀ, ਬੜਾ ਵੱਡਾ, ਆਪਣੇ ਮੁਲਕ ਦੀ ਨੁਮਾਇੰਦਗੀ ਕਰ ਰਿਹਾ ਸੀ ਔਰ ਉਹ ਸਭ ਤੋਂ ਟੌਪ ਤੇ ਜਾ ਰਿਹਾ ਸੀ, ਰੇਸ ਜਿੱਤਣ ਵਾਲਾ ਸੀ। ਲੇਕਿਨ ਉਹ ਆਪਣੀ ਖੁਸ਼ੀ 'ਚ ਇੰਨਾ ਸਰਸ਼ਾਰ ਸੀ ਕਿ ਉਹਨੇ ਜਿਹੜਾ ਰਿਬਨ ਹੈ ਉਹ ਕ੍ਰੋਸ ਕਰਨ ਤੋਂ ਪਹਿਲੇ, ਆਖਰੀ ਲਾਈਨ ਕ੍ਰੋਸ ਕਰਨ ਤੋਂ ਪਹਿਲੇ ਹੀ ਆਪਣਾ ਖੁਸ਼ੀ ਦਾ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਔਰ ਦੂਰ ਦੂਰ ਤੱਕ, ਕਿਉਂਕਿ ਸਾਰੇ ਐਥਲੀਟ ਬਹੁਤ ਪਿੱਛੇ ਸਨ, ਉਹਨੂੰ ਯਕੀਨ ਹੋ ਗਿਆ ਸੀ ਕਿ ਉਹ ਜਿੱਤ ਜਾਏਗਾ। ਲੇਕਿਨ ਮਗਰ ਵਾਲੇ ਵੀ ਜ਼ਾਹਿਰ ਚੜ੍ਹੇ ਹੋਏ ਸਨ, ਉਹਨਾਂ ਨੇ ਵੀ ਆਪਣੀ ਪੂਰੀ ਕੋਸ਼ਿਸ਼ ਕਰਨੀ ਸੀ, ਕਿਉਂਕਿ ਇਹਦੇ 'ਚ ਸਿਰਫ ਜਿੱਤਣ ਵਾਲਾ ਨਹੀਂ ਹੁੰਦਾ, ਨੰਬਰ 2, ਨੰਬਰ 3 ਅਤੇ ਬਾਕੀ ਨੰਬਰਾਂ ਦੀ ਵੀ ਬੜੀ ਅਹਿਮੀਅਤ ਹੁੰਦੀ ਹੈ ਇੰਟਰਨੈਸ਼ਨਲ ਜਿਹੜੇ ਈਵੈਂਟਸ ਹੁੰਦੇ ਨੇ। ਉਹਦੇ ਮਗਰ ਸੀ ਜਨਾਬ, ਸਪੇਨ ਦਾ ਸੀ ਮੇਰਾ ਖਿਆਲ ਹੈ, ਫਰਨੈਂਡਸ, ਹਸਪਾਨਵੀ ਐਥਲੀਟ ਸੀ, ਫਰਨੈਂਡਸ ਉਹਨਾਂ ਦਾ ਨਾਂ ਸੀ। ਅਤੇ ਉਹ ਜਦੋਂ ਨੇੜੇ ਪਹੁੰਚੇ ਨੇ ਅਤੇ ਉਹਨਾਂ ਨੇ ਅਬੀਲ ਨੂੰ ਕੋਲ ਖਲੋ ਗਏ ਨੇ, ਹਾਲਾਂਕਿ ਉਹ ਕ੍ਰਾਸ ਕਰਕੇ ਜਿੱਤ ਵੀ ਸਕਦਾ ਸੀ, ਲੇਕਿਨ ਉਹ ਖਲੋ ਗਏ ਨੇ ਔਰ ਉਹਨਾਂ ਨੇ ਉਹਨੂੰ ਪੁੱਛਿਆ ਕਿ ਖੈਰ ਹੈ, ਕੀ ਹੋਇਆ, ਕ੍ਰਾਸਿੰਗ ਲਾਈਨ 'ਤੇ ਹੈਗਾ ਹੈ? ਅਤੇ ਚੂੰਕਿ ਜ਼ੁਬਾਨ ਤੋਂ ਆਸ਼ਨਾ ਹੀ ਨਹੀਂ ਸੀ ਦੋਵਾਂ ਬੰਦਿਆਂ ਦੀ, ਇੱਕ ਦੂਜੇ ਦੀ ਜ਼ੁਬਾਨ ਤੋਂ ਆਸ਼ਨਾ ਹੀ ਨਹੀਂ ਸੀ, ਲੇਕਿਨ ਬਹਰਹਾਲ ਉਹਨੇ ਜਦੋਂ ਮਹਿਸੂਸ ਕੀਤਾ, ਫਰਨੈਂਡਸ ਨੇ ਉਹਨੇ ਮਹਿਸੂਸ ਕੀਤਾ ਕਿ ਅਬੀਲ ਉਹਦੀ ਗੱਲ ਨਹੀਂ ਸਮਝ ਪਾ ਰਿਹਾ ਔਰ ਕ੍ਰਾਸਿੰਗ ਲਾਈਨ ਬਿਲਕੁਲ ਨਾਲ ਹੈ, ਅਤੇ ਉਹਨੇ ਉਹਨੂੰ ਹਲਕਾ ਜਿਹਾ ਪੁਸ਼ ਕੀਤਾ ਤਾਂ ਕਿ ਉਹ ਕ੍ਰੋਸ ਕਰਕੇ ਅਤੇ ਵਿਨਰ ਹੋ ਜਾਏ ਅਤੇ ਫਿਰ ਮਗਰ ਆਪ ਦੂਜੇ ਨੰਬਰ 'ਤੇ ਆ ਜਾਏ। ਇਹ ਹੈ ਉਹ ਸੱਚਾ ਵਾਕਿਆ ਜਿਹੜਾ ਸਾਰੀ ਦੁਨੀਆ ਨੇ ਟੈਲੀਵਿਜ਼ਨ 'ਤੇ ਦੇਖਿਆ ਔਰ ਇੱਕ ਤਾਰੀਖ ਦਾ ਹਿੱਸਾ ਹੈ। ਬਾਅਦ 'ਚੋਂ ਸਾਫੀਆਂ ਨੇ ਪੁੱਛਿਆ ਫਰਨੈਂਡਸ ਨੂੰ ਕਿ ਯਾਰ ਤੂੰ ਕੀ ਕੰਮ ਕੀਤਾ, ਉਹ ਤਾਂ ਜਿਵੇਂ ਮਗਨ ਹੋਇਆ ਸੀ, ਤੂੰ ਤਾਂ ਕ੍ਰਾਸ ਕਰ ਸਕਦਾ ਸੈਂ, ਤੂੰ ਫਸਟ ਆ ਸਕਦਾ ਸੈਂ, ਬੜਾ ਵੱਡਾ ਈਵੈਂਟ ਸੀ। ਉਹਨੇ ਜਿਹੜਾ ਜਵਾਬ ਦਿੱਤਾ ਉਹ ਪੂਰੀ ਇੱਕ ਤਾਰੀਖ, ਜ਼ਬਾਨ ਤੋਂ ਆਸ਼ਨਾਈ ਕੋਈ ਨਹੀਂ ਦੋਵਾਂ ਖਿਲਾੜੀਆਂ ਦੀ, ਲੇਕਿਨ ਇਨਸਾਨੀਅਤ ਦੀ ਉਸ ਮਿਰਾਜ਼ 'ਤੇ ਖਲੋਤੇ ਨੇ ਜਿਹੜੀ ਅੱਜ ਸਾਨੂੰ ਕਿਤੇ ਵੀ ਨਹੀਂ ਨਜ਼ਰ ਆਉਂਦੀ, ਸ਼ਾਦ ਨਜ਼ਰ ਆਉਂਦੀ। ਸ਼ੌਕਤ ਸਾਹਿਬ, ਮੇਰਾ ਇੰਟਰੋ ਗਿਆ ਜੇ ਮੁੱਕ, ਅਤੇ ਹੁਣ ਇਸੇ ਗੱਲ ਨੂੰ ਲੈ ਕੇ ਟੁਰ ਪਵੋ ਕਿ ਕੀ ਮਹਿਸੂਸ ਕਰ ਰਿਹਾ ਸਾਹਿਬ। ਇੱਕ ਈਵੈਂਟ ਨਹੀਂ, ਇੱਕ ਵਾਕਿਆ ਨਹੀਂ, ਮੈਨੂੰ ਲੱਗਦਾ ਕਿ ਇਹਨਾਂ ਨੇ ਐਡਾ ਸਬਕ ਦੇ ਦਿੱਤਾ ਪੂਰੀ ਦੁਨੀਆ ਨੂੰ। ਬਿਲਕੁਲ ਹਾਂਜੀ, ਖਾਸ ਕਰ ਸਾਡੇ ਖਿੱਤੇ ਨੂੰ ਤਾਂ ਇਹਨਾਂ ਨੇ ਬਹੁਤ ਵੱਡਾ ਸਬਕ ਦੇ ਦਿੱਤਾ ਹੈਗਾ। ਅਸੀਂ ਕੀ ਕਰਦੇ ਹਾਂ, ਅਸੀਂ ਕਰਦੇ ਹੈਗੇ ਹਾਂ ਕਿ ਬਾਈਕ ਦੇ ਉੱਤੇ ਜਾਂ ਗੱਡੀ ਦੇ ਉੱਤੇ ਬੱਚਿਆਂ ਨੂੰ ਬਿਠਾਇਆ ਹੁੰਦਾ, ਜਾ ਰਹੇ ਹੁੰਦੇ ਹਾਂ ਅਤੇ ਕਾਨੂੰਨ ਅਸੂਲ ਦੀ ਨਾ ਵਾਇਲੇਸ਼ਨ, ਕੋਈ ਚੱਕਰ ਹੀ ਨਹੀਂ ਸਾਡਾ, ਠੀਕ ਹੈ ਨਾ? ਅਸੀਂ ਔਲਾਦ ਆਪਣੇ ਨੂੰ ਕੀ ਦੱਸ ਰਹੇ ਹਾਂ? ਬਿਲਕੁਲ ਹਾਂਜੀ, ਜਿਹੜੇ ਬੱਚੇ ਨੇ ਪਿਓ ਨੂੰ ਸਿਗਨਲ ਤੋੜਦਿਆਂ ਵੇਖਣਾ, ਉਹਨੇ ਕਦੇ ਖਲੋਣਾ ਪਤਾ, ਕਦੀ ਵੀ ਨਹੀਂ। ਫਿਰ ਕੀ ਹੁੰਦਾ ਕਿ ਯਾਨੀ ਕਿ ਕੋਈ ਦੋਸਤ ਦੇ ਘਰ ਚਲੇ ਜਾਂਦਾ ਹੈਗਾ ਅਤੇ ਅੰਦਰੋਂ ਬੱਚੇ ਨੂੰ ਦੋਸਤ ਹੀ ਕਹਿ ਕੇ ਮਿਲਣਾ ਨਹੀਂ ਚਾਹੁੰਦਾ, ਬੱਚੇ ਨੂੰ ਕਹਿ ਕੇ ਭੇਜ ਦਿੰਦਾ ਹੈ, ਉਹਨਾਂ ਨੂੰ ਕਹਿ ਕੇ ਪਾਪਾ ਘਰ ਵੀ ਬਿਲਕੁਲ ਹੈ, ਬਿਲਕੁਲ ਅਮੂਮੀ ਸਾਡੇ ਘਰਾਂ 'ਚ ਹੈ। ਇਸ ਤਰ੍ਹਾਂ ਹੈਗਾ, ਫਿਰ ਅਸੀਂ ਕੀ ਹੁੰਦਾ ਕਿ ਸਾਡਾ ਅਸੀਂ ਮਹਿਫਲ ਦੇ ਵਿੱਚ ਬੈਠੇ ਹੁੰਦੇ ਹਾਂ, ਕਿਸੇ ਦੋਸਤ ਦਾ ਫੋਨ ਆ ਜਾਂਦਾ, ਸਹੀ, ਤਾਂ ਉਹਨੂੰ ਕੀ ਕਹਿ ਰਹੇ ਹੁੰਦੇ ਹਾਂ, ਬੈਠੇ ਹੁੰਦੇ ਹਾਂ, ਖਾ ਪੀ ਰਹੇ ਹੁੰਦੇ ਹਾਂ, ਚਾਹ ਪੀ ਰਹੇ ਹੁੰਦੇ, ਗੱਪਸ਼ਪ ਲਾ ਰਹੇ ਹੁੰਦੇ, ਕਹਿ ਦਿੰਦੇ ਯਾਰ ਮੈਂ ਨਾ ਟ੍ਰੈਫਿਕ 'ਚ ਫਸਿਆ ਹਾਂ ਅਤੇ ਮੈਂ ਫਾਰਗ ਹੋ ਕੇ ਤੈਨੂੰ ਫੋਨ ਕਰਦਾ, ਯਾਰ ਅਸੀਂ ਕੀ ਸਬਕ ਦੇ ਰਹੇ ਹਾਂ। ਬਿਲਕੁਲ ਸਹੀ, ਮੈਂ ਕਹਿੰਦਾ ਕਿ ਜਿਹੜਾ ਉਹਨਾਂ ਦਾ ਵਾਕਿਆ ਹੋਇਆ, ਜਿਹੜਾ ਈਵੈਂਟ ਤੁਸੀਂ ਦੱਸਿਆ ਹੈਗਾ, ਇਹ ਲੱਖਾਂ ਉਸਤਾਦਾਂ ਨਾਲੋਂ ਵੱਡਾ ਸਬਕ ਦਿੱਤਾ ਉਹਨਾਂ ਨੇ ਦੁਨੀਆ ਨੂੰ। ਬੇਸ਼ੱਕ ਐਸੇ,
ਯਾਨੀ ਕਿ ਸਾਡੇ ਇੱਥੇ ਫਿਰ ਅਸੀਂ ਕਿਉਂਕਿ ਸਿਆਸੀ ਮਾਹੌਲ ਦੇ ਵਿੱਚ ਜਾਵੜੀ ਤਾਂ ਹੈਗਾ, ਇਹ ਸਾਡੇ ਸਿਆਸਤਦਾਨਾਂ ਲਈ ਬੜਾ ਵੱਡਾ ਸਬਕ ਹੈ ਖਵਾਜ ਸਾਹਿਬ। ਉਹਨਾਂ ਨੇ ਕਿੱਥੋਂ ਲੈਣਾ ਜੇ? ਯਾਨੀ ਦੇਖੋ ਨਾ, ਅਸੀਂ ਵਾਲਾ ਚੱਕਰ ਕੋਈ ਨਹੀਂ ਸਿਆਸਤਦਾਨਾਂ 'ਚ, ਮਾਫੀ ਚਾਹੁੰਦਾ। ਨਹੀਂ ਨਹੀਂ, ਮੈਂ ਗੱਲ ਕਰ ਰਿਹਾ, ਹਾਂ ਗੱਲ ਕਰੋ, ਸਮਝ ਲੱਗੇ ਨਾ ਜੀ ਜੀ। ਯਾਨੀ ਕਿ ਅਸੀਂ ਅਗਰ ਬਹੁਤ 450 ਸਾਲ ਪਹਿਲੇ ਚਲੇ ਜਾਂਦੇ ਹੈਗੇ ਹਾਂ, ਅਤੇ ਉਸ ਤੋਂ ਵੱਡੇ ਤਾਂ ਅਸੀਂ ਮੁਨਾਫਕ ਨਹੀਂ ਨਾ ਹੈਗੇ। ਬੇਸ਼ੱਕ ਸਰਕਾਰ ਦਾ ਦੌਰ ਦੇ ਵਿੱਚ ਜਿਹੜੀ ਬੇਰਾ ਰਵੀ ਸੀ, ਬੇਸ਼ੱਕ ਅਸੂਲ ਕਾਨੂੰਨ ਦੀ ਹਰ ਚੀਜ਼ ਦੀ ਦਜੀਆਂ ਉਡਾਈਆਂ ਜਾਂਦੀਆਂ ਸੀਗੀਆਂ, ਅਤੇ ਅਗਰ ਉਹ ਵੀ ਇਹ ਕਹਿੰਦੇ ਕਿ ਠੀਕ ਹੀ ਨਹੀਂ ਹੋ ਸਕਦੇ, ਅਤੇ ਫਿਰ ਅੱਜ ਅਸੀਂ ਵੀ ਸ਼ਾਇਦ ਕਲਮੰਗੋ ਨਾ ਹੁੰਦੇ। ਬੇਸ਼ੱਕ, ਲੇਕਿਨ ਉਹ ਵੀ ਸਾਨੂੰ ਵੀ ਹਰ ਦੌਰ ਦੇ ਵਿੱਚ ਯਾਨੀ ਕਿ ਨਾ ਅੱਛਾਈ ਔਰ ਬੁਰਾਈ ਯਾਨੀ ਕਿ ਚੱਲਦੀ ਰਹਿੰਦੀ ਹੈ, ਜਿੱਥੇ ਬੁਰਾਈ ਖਤਮ ਨਹੀਂ ਹੁੰਦੀ ਉੱਥੇ ਅੱਛਾਈ ਨੂੰ ਵੀ ਖਤਮ ਨਹੀਂ ਹੋਣਾ ਚਾਹੀਦਾ, ਉਹਦੀ ਵੀ ਕੋਸ਼ਿਸ਼ ਨਾ ਜ਼ਿਆਦਾ ਚੱਲਦੀ ਰਹਿਣੀ ਚਾਹੀਦੀ ਅੱਛਾਈ ਦੀ ਵੀ। ਹੁਣ ਮੈਂ ਇੱਕ ਬਿਲਾਵਲ ਭੁੱਟੋ ਦਾ ਬਿਆਨ ਵੀ ਪੜ੍ਹ ਰਿਹਾ ਸੀ, ਜਦੋਂ ਮੈਂ ਇਹ ਵਾਕਿਆ ਸੁਣਿਆ ਸੀ, ਉਹ ਬਿਲਾਵਲ ਭੁੱਟੋ ਦਾ ਬਿਆਨ ਵੀ ਸੀ ਕਿ ਜੀ ਜ਼ੁਲਫਕਾਰ ਅਲੀ ਭੁੱਟੋ, ਮਰਹੂਮ ਜ਼ੁਲਫਕਾਰ ਅਲੀ ਭੁੱਟੋ ਸਾਹਿਬ ਸ਼ਹੀਦ, ਸ਼ਹੀਦ ਕਹਿੰਦੇ ਸੀ, ਸਾਰੇ ਕਹਿੰਦੇ ਨੇ ਸ਼ਹੀਦ ਦਿੰਦਾ ਉਹਨਾਂ ਨੇ, ਔਰ ਇਸ ਤਰ੍ਹਾਂ ਹੀ ਜ਼ੁਲਫਕਾਰ ਅਲੀ ਭੁੱਟੋ ਸਾਹਿਬ ਵੀ ਕਹਿੰਦੇ ਆਵਾਮ ਸ਼ਹੀਦ ਨੇ, ਔਰ ਕਬਰ ਦੇ ਵਿੱਚ ਆਰਾਮ ਨਾਲ ਬੈਠੇ ਤਾਂ ਹਕੂਮਤ ਗਿਰਾਉਂਦੇ ਵੀ ਨੇ ਅਤੇ ਹਕੂਮਤਾਂ ਬਣਾਉਂਦੇ ਵੀ ਨੇ, ਠੀਕ ਹੈ। ਅੱਛਾ, ਦੂਸਰੇ ਪਾਸੇ ਯਾਨੀ ਕਹਿੰਦੇ ਸਾਡੀ ਮਰੀਓ ਨਵਾਜ਼ ਸ਼ਰੀਫ ਸਾਹਿਬਾਂ ਨੇ, ਉਹ ਕਹਿੰਦੀਆਂ ਨੇ ਕਿ ਮੇਰੀ ਬਾਹਰ ਤਾਂ ਕੀ, ਮੇਰੇ ਤਾਂ ਘਰ ਦੇ ਵਿੱਚ ਵੀ ਕੋਈ ਜਾਇਦਾਦ ਨਹੀਂ ਹੈਗੀ, ਹਾਲਾਂਕਿ ਬਾਹਰ ਵੀ ਅੰਬਾਰ ਲੱਗੇ ਹੋਏ ਨੇ, ਘਰ ਦੇ ਵਿੱਚ ਵੀ ਅੰਬਾਰ ਲੱਗੇ ਹੋਏ ਨੇ। ਯਾਨੀ ਕਿ ਇਹ ਸਾਡੇ ਉੱਤੇ ਨਾ ਲੋਕ ਨਾ ਹਕੂਮਤਾਂ ਕਰ ਰਹੇ ਨੇ, ਯਾਨੀ ਕਿ ਨਾ ਠਠਾਈ ਨਾ ਝੂਠ ਬੋਲਣਾ, ਠਠਾਈ ਨਾ ਵਾਰਦਾਤ ਪਾਣੀ, ਯਾਰ ਉਹ ਜਿਹੜੇ ਯਾਰ ਇਹ ਵਾਕਿਆ ਨਾਲ ਤਲਕ ਹੈ, ਦੱਸੋ ਪੈਦਾ ਖਵਾਜਾ ਸਾਹਿਬ ਕਦੀ ਸ਼ੋਰਤ ਕੋਲੋਂ ਵੀ ਕੰਮ ਲੈ ਲਿਆ ਕਰੋ, ਇਹੀ ਵਾਕਿਆ ਨਾਲ ਤਲਕ ਹੈ, ਕਰੋ ਕਰੋ ਇਹ ਇਹਨਾਂ ਨੂੰ ਚਾਹੀਦਾ ਉਹ ਫਰਨੈਂਡਸ ਕੋਲ ਸਿੱਖਣ ਕਿ ਯਾਰ ਇਹ ਜਿੱਤ ਜਿੱਤ ਨਹੀਂ ਹੈਗੀ, ਫਾਰਮ 47 ਵਾਲੀ ਜਿੱਤ ਨਹੀਂ ਸੀ ਹੈਗੀ, ਅਗਰ ਇਹਨਾਂ ਇਹਨਾਂ ਨੇ ਉਹ ਵਾਕਿਆ ਦੇਖਿਆ ਹੁੰਦਾ, ਇਹਨਾਂ ਦਾ ਵੀ ਜ਼ਮੀਰ ਜਾਗ ਰਿਹਾ ਹੁੰਦੇ, ਤੇ ਇਸ ਤਰ੍ਹਾਂ ਦੀ ਹਕੂਮਤ ਬਣਾਉਂਦੇ। ਯਾਨੀ ਕਹਿੰਦੇ ਤੁਸੀਂ ਕਹਿੰਦੇ ਇਹਦੇ ਨਾਲ ਕੀ ਤਲਕ ਹੈ, ਹਰ ਘਰ ਲਈ ਉਹ ਵਾਕਿਆ ਹੈ, ਹਰ ਹੁਕਮਰਾਨ ਲਈ ਉਹ ਵਾਕਿਆ ਹੈ, ਹਰ ਮਜ਼ਲੂਮ ਲਈ ਉਹ ਵਾਕਿਆ ਹੈ। ਮੈਂ ਯਾਰ ਉਸ ਬੰਦੇ ਨੂੰ ਸਲਿਊਟ ਕਰਦਾ, ਉਹ ਕਲਮਾ ਕੋ ਨਹੀਂ ਹੈਗੀ ਤਦ ਵੀ ਮੈਂ ਉਹਨਾਂ ਨੂੰ ਸਲਿਊਟ ਕਰਦਾ, ਇਨਸਾਨੀਅਤ ਦੇ ਆਲਾ ਮਿਆਰ ਦੇ ਉੱਤੇ ਖੜੇ ਹੈਗੇ ਨੇ, ਉਹਦੇ ਵਰਗੀ 10% ਵੀ, 100 ਤੋਂ 10% ਵੀ ਉਹਨਾਂ ਵਰਗੀ ਇਨਸਾਨੀਅਤ ਤੇ ਲੈ ਆਣ, ਤੇ ਸਾਡਾ ਮੁਆਸ਼ਰਾ ਠੀਕ ਹੋ ਜਾਏ, ਸਾਡੇ ਅਦਾਰੇ ਠੀਕ ਹੋ ਜਾਣ, ਸਾਡੇ ਹੁਕਮਰਾਨ ਠੀਕ ਹੋ ਜਾਣ, ਅਸੀਂ ਸਾਡੀ ਆਵਾਮ ਠੀਕ ਹੋ ਜਾਏ, ਇਹ ਛੋਟੀ ਗੱਲ ਨਹੀਂ ਹੈਗੀ ਖਵਾਜ ਸਾਹਿਬ, ਇਹ ਬਹੁਤ ਵੱਡੀ ਗੱਲ ਹੈਗੀ, ਇਹ ਬਹੁਤ ਵੱਡਾ ਸਬਕ ਹੈ ਇਨਸਾਨਾਂ ਵਾਸਤੇ। ਹੁਣ ਤੁਸੀਂ ਇਹ ਨਾ ਕਿਤੇ ਕਹਿ ਦਿੰਦੇ ਕਿ ਅਸੀਂ ਕੋਈ ਇਨਸਾਨ ਹਾਂ, ਸਾਡੇ ਲਈ ਕਹਦਾ ਸਬਕ? ਅੱਛਾ, ਮੈਨੂੰ ਇਜਾਜ਼ਤ ਦੇ ਗੱਲ ਕਰਨ ਦੀ, ਗੱਲ ਤਾਂ ਤੁਸੀਂ ਕਰਦੇ, ਮੈਂ ਤਾਂ ਤੁਹਾਡੀ ਗੱਲ 'ਤੇ ਗੱਲ ਕਰਦਾ। ਅੱਛਾ, ਮੈਨੂੰ ਇਹ ਦੱਸੋ, ਇਹ ਜਿਹੜਾ ਵਾਕਿਆ ਹੈ ਇਹ ਸਾਰੀ ਦੁਨੀਆ ਵਾਸਤੇ ਔਰ ਇਨਸਾਨੀਅਤ ਵਾਸਤੇ, ਇਹਦੇ 'ਚ ਇੱਕ ਸਬਕ ਹੈ ਸਪੋਰਟਸਮੈਨ ਸਪਿਰਿਟ ਦਾ, ਕਿ ਜਿਹੜਾ ਫਾਤਿਹਾ ਹੈ, ਜਿਹਨੂੰ ਤੁਸੀਂ ਵੀ ਸਮਝਦੇ ਹੋ ਕਿ ਫਾਤਿਹਾ ਹੈ, ਉਹਦੀ ਫਤਿਹ ਤਸਲੀਮ ਕਰ ਲੈਣੀ ਚਾਹੀਦੀ, ਠੀਕ ਹੈ? ਤੁਹਾਡਾ ਮੁੱਦਾ ਇਹੋ ਹੀ ਹੈ ਨਾ? ਹੁਣ ਫਾਰਮ 47, 45, ਬਿਲਾਵਲ ਭੁੱਟੋ, ਮਰੀਅਮ ਨਵਾਜ਼, ਯਾਰ ਤੁਸੀਂ ਜਿਸ ਸੋਸਾਇਟੀ 'ਚ ਰਹਿੰਦੇ ਹੋ, ਤੁਸੀਂ ਜਿਹੜੀਆਂ ਗੱਲਾਂ ਕੀਤੀਆਂ ਨੇ, ਤੁਸੀਂ ਜਿਹੜੇ ਇਸ਼ਾਰੇ ਦਿੱਤੇ ਨੇ, ਤੁਸੀਂ ਜਿਹੜੇ ਵਾਕਿਆ ਦੀ ਨਿਸ਼ਾਨਦੇਹੀ ਕੀਤੀ ਹੈ ਕਿ ਲੋਕ ਟ੍ਰੈਫਿਕ ਦੇ ਸਿਗਨਲ 'ਤੇ ਨਹੀਂ ਖਲੋਂਦੇ, ਜੇ ਕੋਈ ਖਲੋਤਾ ਹੋਵੇ ਵਿਚਾਰਾ ਗਰੀਬ, ਉਹਨੂੰ ਹਾਰਨ ਦੇ ਕੇ ਮਾਰ ਦਿੰਦੇ ਨੇ, ਉਹ ਅਗਾਂਹ ਹੋ ਥੋੜ੍ਹਾ ਜਿਹਾ ਸੱਜੇ ਹੋ, ਮੈਂ ਨਿਕਲਣਾ। ਸਾਡੇ ਤੇ ਇਹ ਰਵੱਈਏ ਨੇ, ਅਸੀਂ ਐਸੀ ਕੌਮ ਹੈ ਸ਼ੌਕਰ ਸਾਹਿਬ ਕਿ ਜਿਹਦਾ ਕੋਈ ਮੁਸਤਕਬਿਲ ਨਹੀਂ, ਜਿਹਦਾ ਭਿਆਨਕ ਮਾਜ਼ੀ ਹੈ। ਮਾਯੂਸੀ ਨਾ ਬੁਲਾਓ, ਮਾਯੂਸ ਮੁਸਤਕਬਿਲ ਹੈਗਾ, ਯਾਨੀ ਕਿ ਨਾ ਖਵਾਜ ਸਾਹਿਬ ਮੇਰੇ ਵਰਗਾ ਨਲਾਇਕ ਆਦਮੀ ਵੀ ਇਸ ਇਹਦੇ ਕੋਲ, ਤੁਹਾਡੀ ਵਜ੍ਹਾ ਐਸੇ ਵਜ੍ਹਾ ਕਰਕੇ ਤਾਂ ਮਾਯੂਸ ਆ ਕਿ ਤੁਹਾਡੇ ਵਰਗੇ ਨਲਾਇਕ ਆਦਮੀ ਜਦੋਂ ਸਬਕ ਦੇ ਰਹੇ ਨੇ ਤਾਂ ਮਾਯੂਸੀ ਤੇ ਫੈਲੀ ਫੈਲੀ ਹੈ। ਗੱਲ ਸਾਰੀ ਇੰਨੀ ਹੈਗੀ ਸ਼ੌਕਰ ਸਾਹਿਬ ਕਿ ਜਦ ਤੱਕ ਬਹਿਸੀਅਤ ਫਰਜ਼, ਅੱਗੇ ਵੀ ਤੁਹਾਡੀ ਮੇਰੀ ਇੱਕ ਦਿਨ ਇਸ ਸਿਲਸਿਲੇ 'ਚ ਗੁਫ਼ਤਗੂ ਹੋ ਰਹੀ ਸੀ,
ਆਫ ਕੈਮਰਾ ਕਿ ਅਸੀਂ ਫਰਦ ਔਰ ਕੌਮ ਦੀ ਗੱਲ ਕਰ ਰਹੇ ਸਨ, ਜਦ ਤੱਕ ਬਹਿਸੀਅਤ ਤੇ ਫਰਦ ਮੈਂ ਠੀਕ ਨਹੀਂ ਹੋਵਾਂਗਾ ਉਦੋਂ ਤੱਕ ਮਾਸ਼ਰਾ ਠੀਕ ਨਹੀਂ ਹੋ ਸਕਦਾ, ਬਿਹਤਰੀ ਨਹੀਂ ਹੋ ਸਕਦੀ। ਲੇਕਿਨ ਗੱਲ ਕੀ ਹੈ ਕਿ ਮੈਂ ਇਸ ਲਈ ਨਹੀਂ ਠੀਕ ਹੋਣਾ ਚਾਹੁੰਦਾ ਕਿ ਮੇਰੇ ਨਾਲ ਜਿਹੜਾ ਬੈਠਾ ਹੈ ਮੈਂ ਤੁਹਾਡੀ ਗੱਲ ਨਹੀਂ ਕਰ ਰਿਹਾ, ਲੇਕਿਨ ਇਸ ਵੇਲੇ ਵੀ ਜਿਹੜਾ ਬੈਠਾ ਹੈ ਜੀ ਉਹ ਵੀ ਠੀਕ ਨਹੀਂ, ਤੇ ਮੈਂ ਕਿੱਥੋਂ ਠੀਕ ਹੋਣਾ? ਮੇਰੇ ਤੇ ਉਂਝ ਜਜ਼ਬੇ ਬਾਂਧ ਪੈ ਗਏ ਨੇ। ਮੈਟਰ ਉਹਨਾਂ ਕੋ ਮਿਸਾਲ ਦੇ ਲੱਗਾ, ਇਹ ਮਿਸਾਲ ਆਖਰੀ ਜੇ ਮੈਂ ਪ੍ਰੋਗਰਾਮ ਮੁਕਾਉਂਦਾ। ਨਹੀਂ ਨਹੀਂ ਤੁਸੀਂ ਇਹ ਤੁਹਾਡੀ ਬਦਮਾਸ਼ੀ ਤਾਂ ਤੁਸੀਂ ਕਰਦੀ ਹੁੰਦੀ ਸੀ ਕਿਸੇ ਨੂੰ ਗੱਲ ਕਰਨ ਲੱਗਾ ਤੇ ਫਿਰ ਮੈਂ ਪ੍ਰੋਗਰਾਮ ਮੁਕਾ ਦਿੰਦਾ। ਅੱਛਾ ਗੱਲ ਹੈਗੀ ਹੈ ਕਿ ਪ੍ਰੋਗਰਾਮ ਨੂੰ ਨਾ ਮੁਕਾਉਣਾ ਤੁਹਾਡੇ ਵਾਸ ਚ ਹੈਗਾ, ਮੇਰੇ ਵਾਸ ਚ ਨਹੀਂ ਹੈਗਾ, ਠੀਕ ਹੈ ਨਾ? ਮੇਰੀ ਸੁਣ ਲਓ, ਮੈਂ ਤੁਹਾਨੂੰ ਇੱਥੇ ਇਸੇ ਗੱਲ ਦੀ ਮਿਸਾਲ ਦੇ ਦਿੰਦਾ ਜੀ, ਦਿਓ ਦਿਓ ਠੀਕ ਹੈ ਨਾ। ਇਸ ਤਰ੍ਹਾਂ ਹੀ ਕਿਉਂਕਿ ਤੁਹਾਡੇ ਕੋਲ ਇਖਤਿਆਰ ਨੇ, ਤੁਸੀਂ ਜਦੋਂ ਚਾਹੋ ਪ੍ਰੋਗਰਾਮ ਸ਼ੁਰੂ ਕਰ ਦਿਓ, ਜਦੋਂ ਚਾਹੋ ਇਹਨੂੰ ਖਤਮ ਕਰ ਦਿਓ, ਕਿਉਂਕਿ ਅੱਲਾਹ ਪਾਕ ਨੇ ਨਾ ਤੁਹਾਨੂੰ ਇਖਤਿਆਰ ਦਿੱਤਾ ਹੈ ਪ੍ਰੋਗਰਾਮ ਸ਼ੁਰੂ ਕਰਨ ਦਾ ਇਸ ਤਰ੍ਹਾਂ। ਦੂਸਰੀ ਗੱਲ ਹੈਗੀ ਕਿ ਜੇ ਇਸੇ ਨਾਲ ਮੈਂ ਮਿਸਾਲ ਦਿੰਦਾ ਤਾਂ ਤੁਸੀਂ ਕਹਿੰਦੇ ਨਾ ਫਰਦ ਜਿੰਨੀ ਤੱਕ ਠੀਕ ਨਹੀਂ ਹੁੰਦੇ, ਮੈਂ ਕਹਿੰਦਾ ਜਿੰਨੀ ਤੱਕ ਹੁਕਮਰਾਨ ਨਹੀਂ ਠੀਕ ਹੁੰਦੇ ਫਰਦ ਠੀਕ ਨਹੀਂ ਹੋ ਸਕਦੇ, ਕਿਉਂਕਿ ਉਹਨਾਂ ਕੋਲ ਠੀਕ ਕਰਨ ਦੇ ਇਖਤਿਆਰਾਤ ਹੈਗੇ ਨੇ, ਕਾਨੂੰਨ ਉਹਨਾਂ ਨੂੰ ਇਜਾਜ਼ਤ ਦਿੰਦਾ ਕਿ ਜਿਹੜਾ ਵਾਇਲੇਸ਼ਨ ਕਰਦਾ ਅਸੂਲ ਕਾਨੂੰਨ ਦੀ ਉਹਨੂੰ ਉਹ ਲਟਕਾ ਦੇਣ, ਉਹਨੂੰ ਸਜ਼ਾ ਦੇਣ, ਉਹਨੂੰ ਸਬਕ ਦੇਣ। ਤੁਸੀਂ ਜਦੋਂ ਕਹਿ ਦਿੰਦੇ ਨਾ ਕਿ ਉਹਨਾਂ ਹੁਕਮਰਾਨਾਂ ਦਾ ਕੋਈ ਕਸੂਰ ਨਹੀਂ, ਮੈਂ ਕਹਿੰਦਾ ਸਿਰਫ ਹੁਕਮਰਾਨਾਂ ਦਾ ਕਸੂਰ ਹੈ, ਔਰ ਜਦੋਂ ਝੂਠਿਆਂ ਦਾ ਪਲੰਦਾ ਜਾਣੀ ਕਿ ਸਾਡੇ ਤੋਂ ਕੁਬਰਾ ਨਹੀਂ ਕਰੇਗਾ, ਸਿਰੀਆ ਝੂਠ ਬੋਲੇਗਾ ਤੇ ਫਿਰ ਫਰਦੇ ਬਾਹਰ ਨੇ ਕੀ ਠੀਕ ਹੋਣਾ ਵੀ? ਵੀਰ ਐਸੇ ਗੱਲ ਦੀ ਗੰਢ ਬੰਨ ਲੈਂਦੇ ਹਾਂ, ਅਗਲੇ ਪ੍ਰੋਗਰਾਮ 'ਚ ਨਾ ਇਸੇ ਗੱਲ ਤੋਂ ਸ਼ੁਰੂ ਕਰਾਂਗੇ। ਇਹ ਨਿਤਾਰਾ ਹੋ ਜਾਣਾ ਚਾਹੀਦਾ ਤੁਹਾਡੇ ਸਾਹਮਣੇ ਕਿ ਫਰਦ ਤੇ ਹੋਣ ਨਾਲ ਮਾਮਲਾ ਠੀਕ ਹੋਣੇ ਨੇ ਜਾਂ ਹੁਕਮਰਾਨਾਂ ਦੇ। ਮੈਂ ਆਖਰੀ ਇੱਕ ਅੱਧਾ ਨਹੀਂ ਯਾਰ, ਤਾਂ ਹੁਣ ਕੋਈ ਜ਼ਰੂਰ ਨਹੀਂ, ਆਖਰੀ ਫਿਕਰ ਬੋਲਾਂ, ਮੈਂ ਨਹੀਂ ਸੁਣਨਾ। ਜਿਸ ਮੁਲਕ ਦੇ ਵਿੱਚ ਕਾਨੂੰਨ ਅਸੂਲ ਦੀ ਪਾਸਦਾਰੀ ਕੀਤੀ ਜਾਂਦੀ ਉੱਥੇ ਮੁਆਸ਼ਰਾ ਠੀਕ ਹੁੰਦਾ ਹੈ, ਜਿੱਥੇ ਹੁਕਮਰਾਨ ਯਾਨੀ ਕਿ ਨਾ ਕਰਪਟ ਹੋਣਗੇ ਉੱਥੇ ਮੁਆਸ਼ਰਾ ਵੀ ਕਰਪਟ ਹੋਏਗਾ। ਸ਼ੌਕਤ ਸਾਹਿਬ, ਲੋਕਾਂ ਨੇ ਹੀ ਅਮਲ ਕਰਨਾ। ਲਓ ਜੀ, ਐਸੇ ਗੱਲ ਤੇ ਗੱਲ ਮੁਕਾਨੇ ਆ ਸੱਜਣੋ ਮਿੱਤਰੋ, ਅਸੀਂ ਬਹੁਤ ਛੇਤੀ ਐਸੇ ਗੱਲ ਨੂੰ ਅੱਗੇ ਟੋਰਾਂਗੇ। ਆਪਣਾ ਬਹੁਤ ਸਾਰਾ ਖਿਆਲ ਰੱਖਣਾ, ਔਰ ਜਿਹੜਾ ਇਹ ਵਾਕਿਆ ਬਿਆਨ ਕੀਤਾ ਹੈ ਇੱਕ ਸਪੋਰਟਸਮੈਨ ਸਪਿਰਿਟ ਦੇ ਵਾਲੇ ਨਾਲ, ਕੋਸ਼ਿਸ਼ ਕਰਕੇ, ਬਹੁਤ ਮਾੜੀ ਜੀ ਕੋਸ਼ਿਸ਼ ਕਰਕੇ ਅਸੀਂ ਆਪਣੇ ਤੋਂ ਕਮਜ਼ੋਰ ਦੀ ਮਦਦ ਕਰ ਸਕਦੇ ਹਾਂ, ਉਹਦਾ ਮੋਢਾ ਬਣ ਸਕਦੇ ਹਾਂ, ਉਹਨੂੰ ਸਹਾਰਾ ਦੇ ਸਕਦੇ ਹਾਂ, ਕਿਸੇ ਨਾ ਕਿਸੇ ਤਰੀਕੇ ਨਾਲ ਮਾਸ਼ਰੇ 'ਚ ਬਿਹਤਰੀ ਦੀ ਇੱਕ ਕਾਵਿਸ਼ ਕਰ ਸਕਦੇ ਹਾਂ, ਜਿਹੜੀ ਬਹੁਤ ਜ਼ਰੂਰੀ ਹੈ।